ਜਿਹੜੀ ਉਹਦੀ ਟਾਪ ਹੈ ਸਿਰਫ ਤੇ ਸਿਰਫ 5000 ਦੇ ਬਿਲਕੁਲ ਉੱਪਰੋਂ ਆ ਕੇ ਥੱਲੇ ਜਾਣ ਲੱਗੇ, ਜਦੋਂ ਉੱਪਰ ਟਾਪ 'ਤੇ ਖੜ੍ਹ ਜੇ ਉਹ ਪਿਸਟਨ ਦੀ ਟਾਪ ਹੁੰਦੀ ਆ। ਆਪਾਂ ਇਹਦੇ 'ਚ ਗੇਜ਼ ਪਾ ਰਹੇ ਹਾਂ। ਹੈਲੋ, ਇਹਨਾਂ ਦੀਆਂ ਗੱਡੀਆਂ ਫਿਰ ਵੀ ਵਾਈਟ ਸਮੋਕ ਇੰਜੈਕਟਰ ਕਰਾਉਣ ਤੋਂ ਬਾਅਦ ਚਾਹੇ ਸਾਡੇ ਤੋਂ ਚਾਹੇ ਕਿਸੇ ਮਕੈਨਿਕ ਤੋਂ ਠੀਕ ਨਹੀਂ ਨਾ ਹੁੰਦਾ, ਉਹ ਇੱਕ ਵਾਰੀ ਮਾਇੰਡ ਦੇ ਵਿੱਚ ਉਹ ਜ਼ਰੂਰ ਗੱਲ ਲਿਆਉਣ ਯਾਰ ਕਿਤੇ ਬਰਸਾਤ ਦੇ ਵਿੱਚ ਪੁਲ ਦੇ ਥੱਲੋਂ ਦੀ ਜਾਂ ਕਿਤੇ ਪਾਣੀ ਵਿੱਚ ਦੀ ਫਸ ਤਾਂ ਨਹੀਂ ਗਏ ਸੀ ਯਾਰ, ਗੱਡੀ ਕਿਤੇ ਬੰਦ ਤਾਂ ਨਹੀਂ ਹੋ ਗਈ ਸੀ। ਅਗਰ ਜੇ ਬੰਦ ਹੋ ਗਈ ਸੀ ਤਾਂ ਤੁਹਾਡੀ ਵੀ ਗੱਡੀ ਦਾ ਚਾਂਸ ਹੋ ਸਕਦਾ 50-50 ਵੀ ਉਹ ਪਿਸਟਨ ਦੀ ਇੱਕ ਟਾਪ ਡਾਊਨ ਹੋਵੇ, ਇੱਕ ਜਾਂ ਦੋ, ਕੁਛ ਨਹੀਂ ਕਹਿ ਸਕਦੇ ਜੇ ਵੀਡੀਓ ਚੰਗੀ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ ਟਾਪ ਕਿੰਨੀ ਉੱਚੀ ਹੈ, ਸਵਿਫਟ ਹੋਵੇ, ਡਿਜ਼ਾਇਰ ਹੋਵੇ, ਚਾਹੇ ਫੀਅਰ ਦੀ ਪੋਂਟੋ ਹੋਵੇ। ਆ ਜਾ ਬੇਟਾ, ਇਹ ਆਪਾਂ ਇੱਕ ਚੀਜ਼ ਦਿਖਾਉਣੀ ਹੈ, ਇਹ ਥੇ 6000 ਦੀ ਗੇਜ ਹੈ, ਆਪਾਂ ਇਹਦੇ ਵਿੱਚ ਦੀ ਲੰਘਾਉਣੇ ਆ, ਠੀਕ ਹੈ, ਅਤੇ ਇਹ ਵਿੱਚ ਦੀ ਲੰਘਦੀ ਨਹੀਂ। ਪਿਸਟਲ ਹੈ ਜਿਹੜੇ ਉਹ 5000 ਦੇ ਕਰੀਬ ਹੈ। ਹੈਲੋ, ਠੀਕ ਹੈ ਜੀ, ਜਿਹੜੀ ਇਹਦੀ ਟਾਪ ਹੈ ਸਿਰਫ ਤੇ ਸਿਰਫ 5000 ਦੇ ਲਗਭਗ, 5-6 ਇਹਦੀ ਕਟਿੰਗ ਨਹੀਂ ਹੁੰਦੀ, 5-6 ਦੀ ਥਾਂ 'ਤੇ ਜਦੋਂ ਇੰਜਣ ਆਪਾਂ ਨਵਾਂ ਕਰਦੇ ਹਾਂ ਥੋੜ੍ਹਾ ਬਹੁਤਾ ਬੁਸ਼ ਲੱਗਦੇ ਆ, ਉਹ 7 ਵੀ ਹੋ ਸਕਦੇ ਆ। ਮੈਂ ਜਿਹੜੀ ਗੱਲ ਲਾਸਟ 'ਤੇ ਦੱਸੂਗਾ, ਦੂਜੇ ਅਗਲੇ ਪਿਸਟਨ 2 ਵੀ ਕਰ ਲਓ, ਬਸ ਆਪਾਂ ਪਿਸਟਨ ਦੀ ਟਾਪ ਚੈੱਕ ਕਰਦੇ ਹਾਂ। ਜਦੋਂ ਪਿਸਟਨ ਬਿਲਕੁਲ ਉੱਪਰੋਂ ਆ ਕੇ ਥੱਲੇ ਜਾਣ ਲੱਗੇ, ਜਦੋਂ ਉੱਪਰ ਟਾਪ 'ਤੇ ਖੜ੍ਹ ਜੇ ਉਹ ਪਿਸਟਨ ਦੀ ਟਾਪ ਹੁੰਦੀ ਆ। ਆਪਾਂ ਇਹਦੇ 'ਚ ਗੇਜ਼ ਪਾ ਰਹੇ ਹਾਂ। ਹੈਲੋ, ਇਹਨਾਂ ਦੇ ਵਿੱਚ ਈਜ਼ੀ ਪੈ ਗਿਆ, ਜਦੋਂ ਇੰਜਨ ਓਵਰਆਲ ਕਰਦੇ ਹਾਂ ਜਾਂ ਪੀਸ ਘੱਸ ਜਾਂਦੇ ਆ, ਜੇ ਘੱਸ ਗਏ ਤਾਂ ਪਿਸਟਨ ਥੱਲੇ ਚਲਾ ਗਿਆ, 1-2000 ਦਾ ਫਰਕ ਪੈ ਸਕਦਾ। ਮੈਂ ਤਾਂ ਗੱਲ ਕਹੀ ਹੈ ਕਿਉਂਕਿ ਕਿਸੇ ਟਾਈਮ ਕੁਛ ਵੀ ਹੋ ਸਕਦਾ, ਕੋਈ ਇਸ਼ੂ ਵਾਲੀ ਗੱਲ ਨਹੀਂ, ਆਪਾਂ ਚੈੱਕ ਕਰਦੇ ਪਏ ਹਾਂ। ਅਤੇ 6000 ਦੀ ਗੇਜ਼ ਹੈ ਜਿਹੜੀ ਅਸੀਂ ਅਕਸਰ ਹੀ ਟੈਪਾਂ ਦੇ ਵਿੱਚ ਯੂਜ਼ ਕਰਦੇ ਹਾਂ, ਟੈਪ ਦਾ ਕਲੀਅਰਿੰਗ ਕਰਨਾ। ਲਓ ਜੀ, ਹੋ ਸਕਦਾ ਇਹਦਾ ਪੀਸ ਘੱਸ ਗਿਆ, ਥੋੜ੍ਹਾ ਜਿਹਾ ਪਿਸਟਨ ਥੱਲੇ ਚਲਾ ਗਿਆ, 1-3 ਵੈਰੀਏਸ਼ਨ ਆ ਜਾਵੇ, ਕੋਈ ਫਰਕ ਨਹੀਂ। ਇੱਕ ਮਿੰਟ ਬੇਟੇ, ਬਰਸਾਤ ਦੇ ਦਿਨਾਂ ਦੇ ਵਿੱਚ ਗੱਡੀ ਪਾਣੀ ਵਿੱਚ ਹੀ ਲੰਘ ਜਾਂਦੀ ਆ, ਅਤੇ ਬਹੁਤ ਸਾਰੇ ਦੋਸਤਾਂ ਨੂੰ ਪਤਾ ਨਹੀਂ ਲੱਗਦਾ, ਏਅਰ ਫਿਲਟਰ ਵਿੱਚ ਦੀ ਪਾਣੀ ਪਿਸਟਨ 'ਤੇ ਜਦੋਂ ਚਲਾ ਗਿਆ, ਪਾਣੀ ਹੈ ਜਿਹੜਾ ਉਹ ਕੰਪਰੈਸ ਨਹੀਂ ਹੁੰਦਾ, ਏਅਰ ਕੰਪਰੈਸ ਹੁੰਦੀ ਹੈ, ਉਹਦੇ ਚੱਲਦਿਆਂ 2000, 3000, 4000, 5000 ਜਦੋਂ ਟਾਪ ਡਾਊਨ ਹੋ ਜੂਗੀ। ਸਰਦੀਆਂ 'ਚ ਅਕਸਰ ਹੀ ਸਾਡੇ ਕੋਲ ਗੱਡੀਆਂ ਕੰਮ ਕਰਾਉਣ ਆਉਂਦੀਆਂ, ਉਹਨਾਂ ਨੂੰ ਇਸ਼ੂ ਹੁੰਦਾ ਵਾਈਟ ਸਮੋਕ ਦਾ, ਜ਼ਿਆਦਾ ਚਾਂਸ ਟਾਈਮਿੰਗ ਦਾ, ਜ਼ਿਆਦਾ ਚਾਂਸ ਜੇ ਮਿਸਿੰਗ ਕਰਦੀ ਹੈ ਤਾਂ ਇੰਜੈਕਟਰਾਂ ਦਾ ਹੁੰਦਾ, ਜਿਹੜਾ ਸਵੇਰੇ ਵੇਲੇ ਵਾਈਟ ਸਮੋਕ ਦਿਖਾਉਂਦੀ ਹੈ। ਗੱਡੀ ਗਰਮ ਹੋਣ ਤੋਂ ਬਾਅਦ ਵਾਈਟ ਸਮੋਕ ਛੱਡ ਦਿੰਦੀ ਹੈ। ਜੇ ਪਿਸਟਲ ਦੀ ਟਾਪ ਡਾਊਨ ਹੋ ਜੇ ਤਾਂ ਵੀ ਗਰਮ ਹੋ ਕੇ ਵਾਈਟ ਸਮੋਕ ਛੱਡ ਦਿੰਦੀ ਹੈ ਅਤੇ ਕਾਲਾ ਧੂੰਆਂ ਮਾਰਦੀ ਹੈ, ਕਿਉਂਕਿ ਗਰਮ ਹੋ ਕੇ ਪਿਸਟਨ ਚੈਂਬਰ ਦੇ ਵਿੱਚ ਤੇਲ ਪ੍ਰੋਪਰ ਬਣਨ ਲੱਗ ਪੈਂਦਾ। ਜਿਹੜੇ ਦੋਸਤਾਂ ਦੀਆਂ ਗੱਡੀਆਂ ਫਿਰ ਵੀ ਵਾਈਟ ਸਮੋਕ ਇੰਜੈਕਟਰ ਕਰਾਉਣ ਤੋਂ ਬਾਅਦ ਚਾਹੇ ਸਾਡੇ ਤੋਂ ਚਾਹੇ ਕਿਸੇ ਮਕੈਨਿਕ ਤੋਂ ਠੀਕ ਨਹੀਂ ਨਾ ਹੁੰਦਾ, ਉਹ ਇੱਕ ਵਾਰੀ ਮਾਇੰਡ ਦੇ ਵਿੱਚ ਉਹ ਜ਼ਰੂਰ ਗੱਲ ਲਿਆਉਣ ਯਾਰ ਕਿਤੇ ਬਰਸਾਤ ਦੇ ਵਿੱਚ ਪੁਲ ਦੇ ਥੱਲੋਂ ਦੀ ਜਾਂ ਕਿਤੇ ਪਾਣੀ ਵਿੱਚ ਦੀ ਫਸ ਤਾਂ ਨਹੀਂ ਗਏ ਸੀ ਯਾਰ, ਗੱਡੀ ਕਿਤੇ ਬੰਦ ਤਾਂ ਨਹੀਂ ਹੋ ਗਈ ਸੀ। ਅਗਰ ਜੇ ਬੰਦ ਹੋ ਗਈ ਸੀ ਤਾਂ ਤੁਹਾਡੀ ਵੀ ਗੱਡੀ ਦਾ ਚਾਂਸ ਹੋ ਸਕਦਾ 50-50 ਵੀ ਉਹ ਪਿਸਟਨ ਦੀ ਇੱਕ ਟਾਪ ਡਾਊਨ ਹੋਵੇ, 1 ਜਾਂ 2, ਕੁਛ ਨਹੀਂ ਕਹਿ ਸਕਦੇ। ਜੇ ਵੀਡੀਓ ਚੰਗੀ ਲੱਗੀ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਪ੍ਰੀਤ ਮੋਟਰਜ਼, ਮੋਗਾ। ਸੋ ਦੋਸਤੋ, ਗੈਸਕਿਟ ਆ ਜਿਹੜਾ ਅਸੀਂ ਵੀ ਸਟੈਂਡਰਡ ਪਾ ਰਹੇ ਹਾਂ, ਅਤੇ ਕੋਸ਼ਿਸ਼ ਕਰਿਆ ਕਰੋ, ਕਈ ਦੋਸਤਾਂ ਨੂੰ ਵੀ ਭੁਲੇਖਾ ਹੋ ਜਾਂਦਾ ਵੀ ਯਾਰ ਫੇਸ ਬਹੁਤ ਸਾਰੀ ਲੱਥ ਗਿਆ ਅਤੇ ਆਪਾਂ ਓਵਰ ਸਾਈਜ਼ ਪਾ ਦਈਏ। ਜਦੋਂ ਓਵਰ ਸਾਈਜ਼ ਪਾ ਦਿੰਦੇ ਹਾਂ, ਇਹ ਲਗਭਗ 5000 ਓਵਰ ਹੋ ਗਿਆ, ਅਤੇ ਫਿਰ ਉਹ ਵਾਈਟ ਸਮੋਕ ਦੀ ਸਮੱਸਿਆ ਕਈ ਆਪਣੇ ਨੂੰ ਲੱਭਦੀ ਨਹੀਂ, ਅਤੇ ਆਪਾਂ ਉਸ ਚੀਜ਼ ਦੇ ਵਿੱਚ ਉਲਝੇ ਰਹਿੰਦੇ ਹਾਂ। ਅਸੀਂ ਤਜਰਬਾ ਕੀਤਾ, ਅਸੀਂ ਤੁਹਾਡਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ।